ਪਿੰਡਾਂ ਤੋਂ ਪਿੰਡਾਂ ਤੋਂ ਤੁਸੀਂ ਉੱਠ ਕੇ ਡੇਰਾ ਚੰਡੀਗੜ੍ਹ ਲਾਇਆ ਹੋਇਆ ਏ ਮਾਣ ਕਰਦੀਆਂ ਜਿਹੜੇ ਚੰਡੀਗੜ੍ਹ ਦਾ ਨੀਏ ਭਾਵਾਂ ਦਾ ਵਸਾਇਆ ਹੋਇਆ ਏ ਤੇਰਾ ਫਿਊਚਰ ਬ੍ਰਾਈਟ ਨਹੀਂ ਹੋ ਜਾਪਦਾ ਤੇਰੀ ਸਮਝ ਚ ਕਿਥੋਂ ਨੇ ਜੱਟ ਦੇ ਪਲੈਨ ਮੇਰੇ ਜੱਟੀ ਮਲਵੈਣ ਜੀ ਨੂੰ रंग भी काला हो गया प्रभु, गर्मी बड़ी है, अग बहुत है, जिन्हों के मेजर फायर कॉल कहते हैं। कहना उठे आ गए, कहना किथे आ गए, कहना जिथे ट्रूडो दो दो हजार बंटवा। मैनू बड़ा चा चढ़ता जो बंदे पैसे लेंदे सरकार तो। कई बंदे ये भी कहते यार दिते बहुत साल आ, दुआ दिंदे रहे टैक्स। ਉਹਨੂੰ ਪੁੱਛੇ ਕਿੰਨਾ ਫਾਈਲ ਕਰਦਾ ਹੈ, ਕਹਿੰਦਾ 17,000। ਮੈਂ ਕਿਹਾ 17,000 ਤਾਂ ਤੂੰ ਫੇਰ ਮੁੜਾ ਲੈਂਦਾ, ਹੁਣ 2,000 ਕਹਿੰਦਾ ਨਾ, ਮੈਂ ਤਾਂ ਘਾਟਾ ਪੈ ਗਿਆ ਜੀ। ਥੈਂਕ ਯੂ ਪਰਮੀਤ ਭਾਜੀ, ਪਹਿਲੀ ਵਾਰੀ ਚੰਨੇ ਭਾਜੀ ਹੋਣਾ ਤੇ ਪਹਿਲੀ ਵਾਰੀ ਮੈਂ ਗਾਣਾ ਹਿੱਟ ਹੋਣ ਤੋਂ ਬਾਅਦ ਸੀਟੀ ਗਾਣਾ ਗਾਉਣ ਤੋਂ ਬਾਅਦ ਐਡਮਿੰਟਨ ਹੈ ਪਰਮਜੀਤ ਭਾਜੀ ਹੋਣਾ ਨੇ ਤੇ ਚੰਨੇ ਭਾਈ ਹੋਣਾ ਨੇ ਮੈਨੂੰ ਸਾਰੀ ਟੀਮ ਨੇ ਬਾਈ ਪ੍ਰਿਤਪਾਲ ਹੋਣਾ ਨੇ ਸੱਦਿਆ ਸੀ ਤੇ ਇਹ ਸਮਝ ਲਓ ਵੀ ਹੁਣ ਵੀ ਸ਼ੁਰੂਆਤ ਹੀ ਹੋਈ ਹੈ। 2 ਸਾਲ ਬਾਅਦ ਫੇਰ ਹੀ ਨਹੀਂ ਸੱਦਿਆ, ਇਹ ਗੁੱਸਾ ਖਾਉਣਗੇ ਫੇਰ ਸੱਦਣਗੇ ਲੱਗਦਾ। ਸੋ ਬੱਚੀ ਲੱਭ ਗਈ ਆ ਜੀ, ਹੁਣ ਅਗਲੀ ਵਾਰੀ ਬੱਚੀ ਨੂੰ ਕਹਿ ਦਿਓ ਵੀ ਤੁਹਾਡੇ ਮੰਮੀ ਡੈਡੀ ਨਾ ਗਵਾਜਣ, ਧਿਆਨ ਰੱਖੀ ਬੇਟਾ ਤੂੰ ਹੈ। ਥੱਲੇ ਨੂੰ ਆਈਏ, ਥੱਲੇ ਨੂੰ ਆਈਏ, ਪਹਿਲੇ ਚਿੱਟੋ ਦੀ ਦੀਪ ਤੋਂ ਪਿੱਛੇ ਕਚੀਚੀਆਂ ਲਈ ਜਾਂਦਾ, ਕਹਿੰਦਾ ਮੈਂ 30 ਗਾਣੇ ਤਿਆਰ ਕਰੀ ਫਿਰਦਾ। ਇੱਥੇ ਇੱਕ ਵਾਰੀ ਮਜ਼ਾਕ ਵਾਲੀ ਗੱਲ ਹੈ, ਸ਼ਿਕਾਗੋ ਸਾਡਾ ਟੂਰਨਾਮੈਂਟ, ਸੁਰਿੰਦਰ ਛਿੰਦਾ ਭਾਜੀ ਨੇ ਤੇ ਮੈਂ ਗਾਣਾ ਸੀ, ਮੇਰੇ ਤੋਂ ਸੀਨੀਅਰ ਹੈ। ਮੈਂ ਕਿਹਾ ਭਾਜੀ ਤੁਸੀਂ ਬਾਅਦ ਚ ਗਾ ਲਿਓ ਵੀ, ਕਹਿੰਦਾ ਹੋ ਤੇਰੇ 4-5 ਗਾਣੇ ਆਏ। ਮੈਂ ਕਿਹਾ ਜੀ ਆਓ, ਮੈਨੂੰ ਕਿਹੜਾ ਕੋਈ ਸੁਣਦਾ ਹੈ, ਤੁਸੀਂ ਇਦਾਂ ਕਰੇ ਤੁਸੀਂ ਬਾਅਦ ਚ ਗਾ ਲਿਓ। ਮੈਂ ਕਿਹਾ ਭਾਜੀ ਇੱਕ ਹੋਰ ਬੇਨਤੀ, ਕਹਿੰਦਾ ਕੀ? ਮੈਂ ਕਿਹਾ ਤੁਸੀਂ ਜਿਹੜੀ ਕੁੜੀ ਲੈ ਕੇ ਆਏ ਇੱਕ ਗਾਣਾ ਗਾਉਣ ਨੂੰ ਮੈਨੂੰ ਦੇ ਦੋਗੇ ਸੀਟੀ ਦਾ? ਕਹਿੰਦਾ ਚੱਲ ਤੂੰ ਗਾ ਲਈ। ਮੈਂ ਕਿਹਾ 2 ਗਾਣੇ ਮੈਂ ਹੋਰ ਘੱਟ ਗਾ ਲੂੰ, ਮੇਰੇ ਕੋਲ ਸੀਟੀ ਗਾਉਣ ਲਈ ਕੁੜੀ ਦੇ ਦੇ। ਉਹਨਾਂ ਦੀ ਸਾਰੀ ਰਾਤ ਤਿਆਰੀ ਕਰਕੇ 25-30 ਗਾਣੇ ਤਿਆਰ ਕਰ ਲਿਆ, ਕਹਿੰਦੇ ਵੀ ਕੱਲ੍ਹ ਨੂੰ ਇੰਨੇ ਗਾਉਣੇ ਆ। ਅਸੀਂ ਜੀ 3-4 ਗਾਣੇ ਜੇ ਗਾਏ, ਕੱਪੜਾ ਸੀਟੀ ਜਾ ਵੀ ਵਿੱਚੇ ਵਜਾਤੀ ਤੇ ਅਸੀਂ ਜਦੋਂ ਗਾਉਣ ਲੱਗੇ ਅਸੀਂ ਚੱਲ ਗਏ, ਛਿੰਦੇ ਭਾਜੀ ਦੀ ਅਨਾਉਂਸਮੈਂਟ ਹੋ ਗਈ। ਉਧਰੋਂ ਕਬੱਡੀ ਜਿਹੜੇ ਸੰਗਤ ਦੇਖਣ ਆਏ ਸੀ ਉਹ ਪਿੱਛੋਂ ਲੜ ਪਏ, ਛਿੰਦੇ ਭਾਜੀ ਨੇ ਹਲੇ ਹੇਕੇ ਲਾਈ ਹੈ, ਪੁਲਿਸ ਵਾਲੇ ਨੇ ਖਿਜਿਆ ਨੇ ਆ ਕੇ ਸਾਊਂਡ ਦੀ ਤਾਰ ਕੱਟਦੀ, ਕਹਿੰਦਾ ਬਸ ਮੇਲਾ ਇਜ਼ ਓਵਰ। ਛਿੰਦਾ ਭਾਜੀ ਦੇਖੇ ਵੀ ਸਾਰੀ ਰਾਤ ਸੁੱਤੇ ਨਹੀਂ ਤਿਆਰੀਆਂ ਕਰਦੇ ਰਹਿ ਗਏ। ਸੋ ਦੀਪ ਢਿੱਲੋਂ 25-30 ਗਾਣੇ ਤਿਆਰ ਕਰੀ ਫਿਰਦਾ। ਮੈਂ ਕਿਹਾ ਪਤੰਦਰਾ ਪਰਸੋਂ ਤੱਕ ਗਾਉਣਾ, ਅੱਜ ਹੀ ਆ ਮੇਲਾ ਮੁੱਕ ਜਾਣਾ ਸ਼ਾਮ ਨੂੰ। ਬਹਿਨੇ ਆ ਯਾਰਾਂ ਚ ਚਰਚਾ ਅਖਬਾਰਾਂ ਚ, ਪਹਿਲਾਂ ਚਿੱਟਾ ਹੀ ਨਾ, ਸ਼ਾਮ ਦਾ ਤੋਰਾ ਫੇਰਾ ਬਣਦੀ ਜੋ ਰੈਲੀ ਨੀ, ਗੱਭਰੂ ਤੋਂ ਲੈਣ ਸਲਾਵਾਂ ਚੋਟੀ ਦੇ ਵੈਲੀ ਨੀ, ਗੱਭਰੂ ਤੋਂ ਲੈਣ ਸਲਾਵਾਂ ਚੋਟੀ ਦੇ ਵੈਲੀ ਨੀ, ਗੱਭਰੂ ਤੋਂ ਲੈਣ ਸਲਾਵਾਂ, ਗੱਭਰੂ ਤੋਂ ਲੈਣ ਸਲਾਵਾਂ। ਟਾਈਮ ਲਈ ਹੱਥ ਖੜਾ ਕਰ ਦਿਓ, 5 ਮਿੰਟ 5 ਮਿੰਟ। ਮੁੱਕ ਗਿਆ, ਹੋ ਗਿਆ ਟਾਈਮ, ਹੋ ਗਿਆ। ਚਰਚਾ ਅਖਬਾਰਾਂ ਚ ਬਹਿਨੇ ਆ ਯਾਰਾਂ ਚ ਚਰਚਾ ਅਖਬਾਰਾਂ ਚ, ਸ਼ਾਮ ਦਾ ਤੋਰਾ ਫੇਰਾ ਬਣਦੀ ਜੋ ਰੈਲੀ, ਗੱਭਰੂ ਤੋਂ ਲੈਣ ਸਲਾਵਾਂ, ਗੱਭਰੂ ਤੋਂ ਲੈਣ ਸਲਾਵਾਂ ਚੋਟੀ ਦੇ ਵੈਲੀ ਨੀ, ਗੱਭਰੂ ਤੋਂ ਲੈਣ ਸਲਾਵਾਂ ਚੋਟੀ ਦੇ, ਗੱਭਰੂ ਤੋਂ ਲੈਣ ਸਲਾਵਾਂ ਚੋਟੀ ਦੇ ਵੈਲੀ ਨੀ। ਜਲਦੀ ਏ ਹਾਰਟ ਬੀਟ ਮੇਰੀ ਤੈਨੂੰ ਤੱਕ ਤੱਕ ਕੇ, ਨੈਣਾ ਨਾਲ ਲਿਪਦੀ ਦਿਲਾਂ ਨੂੰ ਚੁੱਕਦੀ ਤੂੰ ਰੱਖ ਰੱਖ ਕੇ, ਤੁਰਦੀ ਏ ਪਿੰਕ ਸੂਟ ਦਾ ਪਹੁੰਚਾ ਚੱਕ ਚੱਕ ਕੇ, ਜਲਦੀ ਏ ਹਾਰਟ ਬੀਟ ਮੇਰੀ ਤੈਨੂੰ ਤੱਕ ਤੱਕ ਕੇ, ਜਲਦੀ
ਕਿਹੜੇ ਬਣਾ ਲਈ ਚੰਗੇ ਹੈ ਕਾਲੀ ਕਾਲੀ ਡੀਜੇ ਵਾਲਿਆਂ ਨੂੰ ਜਿੰਨੇ ਕੁ ਗਾਣੇ ਚੰਗੇ ਚੱਲੇ ਹੋਏ ਸਾਰੇ ਹੁਣੇ ਗਾਣੇ ਆ ਲਾਟੀ ਵੱਡਾ ਮੁੜ ਕੇ ਆਇਆ ਹੀ ਨਹੀਂ ਤੇਰਾ ਕੌਣ ਦਿਲ ਜਾਨੀ ਜਿਹੜਾ ਦੇ ਗਿਆ ਨਿਸ਼ਾਨੀ ਤੇਰਾ ਕੌਣ ਦਿਲ ਜਾਨੀ ਜਿਹੜਾ ਦੇ ਗਿਆ ਨਿਸ਼ਾਨੀ ਸਾਨੂੰ ਫਿਰਦੀਆਂ ਤੜਪਾਉਂਦੀ ਨਹੀਂ ਪਹੁੰਚੇ ਚੱਕ ਚੱਕ ਕੇ ਜਦੋਂ ਗਾਣਾ ਗਾਇਆ ਸੀ ਪਟਿਆਲਾ ਸੂਟਾਂ ਦਾ ਰਿਵਾਜ ਸੀ ਭਾਈ ਰਿਵਾਜ ਪੁੱਠਾ ਹੋ ਗਿਆ ਪਲਾਜੋ ਆ ਗਏ ਹੁਣ ਤਾਂ ਪਹੁੰਚਾ ਚੱਕਣ ਦੀ ਲੋੜ ਨਹੀਂ ਪੈਂਦੀ ਝਾਂਜਰ ਤਾਂ ਆਪ ਬਾਹਰ ਤੁਰੀ ਫਿਰਦੀ ਹੁੰਦੀ ਵਿਚਾਰੀ ਇਕੱਲੀ ਸਾਨੂੰ ਫਿਰਦੀ ਹੈ ਤੜਪਾਉਂਦੀ ਪਲਾਜੋ ਪਾ ਪਾ ਕੇ ਫਿਰ ਪੈਰਾਂ ਦੀਆਂ ਝਾਂਜਰਾਂ ਵਿਖਾਉਂਦੀ ਪਲਾਜੋ ਪਾ ਪਾ ਕੇ ਫਿਰ ਪੈਰਾਂ ਦੀਆਂ ਝਾਂਜਰਾਂ ਵਿਖਾਉਂਦੀ ਪਲਾਜੋ ਪਾ ਪਾ ਕੇ ਖਰੀਦੇ ਬਿੱਲੋ ਫੁੱਲ ਮੈਂ ਮੇਰੇ ਫੁੱਲਾਂ ਦਾ ਦੱਸ ਪਾਉਣਾ ਕਦੋਂ ਮੁੱਲ ਪੈ ਕਿੰਨੀ ਵਾਰੀ ਤੇਰੇ ਲਈ ਖਰੀਦੇ ਬਿੱਲੋ ਫੁੱਲ ਮੈਂ ਮੇਰੇ ਫੁੱਲਾਂ ਦਾ ਦੱਸ ਪਾਉਣਾ ਕਦੋਂ ਮੁੱਲ ਪੈ ਉਹ ਪੁੱਛਾ ਗਏ ਬਾਈ ਜੀ 14 ਫਰਵਰੀ ਹਰ ਸਾਲ ਆਉਂਦੀ ਨੀ ਸਾਰੇ ਚਿੱਟਾ ਸੂਟ ਗਾਤਾ ਹੀ ਤੁਹਾਡੇ ਕਹਿਤੇ ਨਾਲੇ ਧੰਨਵਾਦ ਬਾਈ ਜੀ ਧੰਨਵਾਦ ਥੈਂਕ ਯੂ ਥੈਂਕ ਯੂ ਜਿਹਨਾਂ ਖਜ਼ਾਨਿਆਂ ਚੋਂ ਮਾਇਆ ਜਿਹਨਾਂ ਖਜ਼ਾਨਿਆਂ ਚੋਂ ਮਾਇਆ ਆਈ ਖਜ਼ਾਨੇ ਭਰਪੂਰ ਰਹਿਣ ਟਰੂਡੋਲ ਚ ਆਈ ਖਜ਼ਾਨਾ ਉਹਦਾ ਭਰਪੂਰ ਹੋ ਜਾਣਾ ਦੁਆਵਾਂ ਮੈਂ ਭਰਾਵਾਂ ਨੂੰ ਦੇਈ ਜਾਂਦਾ ਸਾਨੂੰ ਫਿਰ ਮੈਂ ਸੱਚੀ ਗੌਂਡ ਭੇਜ ਦੂੰਗਾ ਮੈਂ ਸੱਚੀ ਲਏ ਆ ਮੈਂ ਕੱਲ ਨੂੰ ਇੰਸਟਾਗ੍ਰਾਮ ਤੇ ਪਾ ਦੂੰਗਾ ਸਾਨੂੰ ਫਿਰਦੀ ਹੈ ਤੜਫਾਉਂਦੀ ਪਲਾਜੋ ਪਾ ਪਾ ਕੇ ਫਿਰ ਪੈਰਾਂ ਦੀਆਂ ਝਾਂਜਰਾਂ ਦਿਖਾਉਂਦੀ ਪਲਾਜੋ ਪਾ ਟਾਈਮ ਹੋ ਗਿਆ ਜੀ ਅੱਛਾ ਹੈਗਾ ਹਲੇ ਸਾਨੂੰ ਜੇ ਰਾਗ ਪਿੱਛੇ ਚੱਲਦੇ ਚੇਂਜ ਕਰ ਲਈਏ ਉਹਦੇ ਘੋੜੇ ਜਿਹੇ ਮੁੱਕਦੇ ਦੀ ਸੰਗ ਮਾਰ ਕੇ ਆ ਜਾ ਜੀ ਫੋਟੋ ਕਰਨੀ ਹੈ ਨਾਲੇ ਮੈਨੂੰ ਗਾਣਾ ਗਾਣੇ ਦਾ ਰਾਗ ਭੁੱਲਿਆ ਚੇਤਾ ਕਰਨਾ ਹਾਂਜੀ ਅੱਛਾ ਟਰਾਫੀ ਦੇਣੀ ਪੈਸੇ ਵੀ ਦੇਣੇ ਨਾਲ ਉਹ ਜਿਹੜੇ ਰਾਤੀ ਦਿੱਤੇ ਸੀ ਉਹ ਮੈਨੂੰ ਭੁੱਲ ਗਿਆ ਦੁਬਾਰਾ ਦੋ ਇਹ ਤਾਂ ਪਿਆਰੇ ਨੇ ਜੀ ਸਾਰੇ ਇਹਨਾਂ ਨਾਲ ਮਜ਼ਾਕ ਇੱਥੇ ਘਰ ਵਰਗਾ ਮਾਹੌਲ ਲੱਗਦਾ ਏਦਾਂ ਲੱਗਦਾ ਮੈਂ ਐਡਮਿੰਟਨ ਨਹੀਂ ਜਿੱਦਾਂ ਕਿਸੇ ਮੋਗੇ ਦੇ ਪਿੰਡ 'ਚ ਪ੍ਰੋਗਰਾਮ ਲਾ ਰਿਹਾ ਚੜ੍ਹਦੀ ਕਲਾ ਕਰ ਰਹੇ ਸਾਰਾ ਐਡਮਿੰਟਨ ਸ਼ੁਰੂਆਤ ਕੀਤੀ ਹੈ ਆਓ ਜੀ ਪ੍ਰਧਾਨ ਸਾਹਿਬ ਸਾਡੇ ਬਾਕੀ ਸਾਰੇ ਮੈਂਬਰਾਂ ਬਾਜੀ ਮੰਤਰੀ ਸਾਹਿਬ ਸਾਡੇ ਏਦਾਂ ਦੇ ਲਵਲੀ ਭਰਾ ਚ ਫੋਟੋ ਵਾਲੇ ਭਾਈ ਕੈਮਰੇ ਵਾਲੇ ਆ ਜਾ ਵੀਰ ਸਿੰਘ ਪਤਾ ਨਹੀਂ ਕਿੱਥੇ ਚਲੇ ਜਾਂਦਾ ਮੈਂ ਟਿਮ ਭਾਜੀ ਕਹਿੰਦਾ ਸੀ ਮੈਂ ਕਿਹਾ ਜੀ ਇੰਡੀਆ 'ਚ ਤੁਹਾਡੇ ਵਰਗੇ ਸਾਰੇ ਮੰਤਰੀ ਹੋ ਜਾਣ ਆਪ ਹੀ ਸਾਰਾ ਕੁਝ ਠੀਕ ਹੋ ਜਾਣਾ ਆਓ ਜੀ ਆਪਾਂ ਹੀ ਖਿੱਚ ਲਓ ਤੁਸੀਂ ਫਿਰ ਸੈਮਸੰਗ ਹੈਗਾ ਕਿਸੇ ਕੋਲ ਆ ਜਾਓ ਅਮਨ ਜੀ ਤੁਹਾਡੇ ਆਓ ਜੀ ਪੰਕਜ ਜੀ ਅਤੇ ਅਮਨ ਜੀ ਫੋਟੋ ਖਿੱਚਣਗੇ ਭਾਅ ਜੀ ਆ ਜਾਓ ਨੇੜੇ ਪਰਮਜੀਤ ਭਾਅ ਜੀ ਬਾਕੀ ਟੀਮ ਸਾਰੀ ਪਲੀਜ਼